ਸਾਸ਼ੀਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ PSAT Study Notes ਦੇ ਉੱਪਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ PSAT ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਬਿਲਕੁਲ ਸਿਲੇਬਸ ਦੇ ਅਕੋਰਡਿੰਗ SST ਚਾਈਲਡ ਡਿਵੈਲਪਮੈਂਟ ਪੰਜਾਬੀ ਪੈਡਾਗੋਜੀ ਔਰ EVS ਦੀਆਂ ਵੀਡੀਓ ਅਪਲੋਡ ਕਰਦੇ ਹਾਂ ਜੀ ਇਸ ਤੋਂ ਪਹਿਲਾਂ ਅਸੀਂ ਕਾਫੀ ਜ਼ਿਆਦਾ ਪ੍ਰੈਕਟਿਸ ਸੈਟ ਇੱਕ ਇੱਕ ਟੌਪਿਕ ਦੀਆਂ ਚਾਈਲਡ ਡਿਵੈਲਪਮੈਂਟ ਦੀਆਂ SST ਦੀਆਂ ਪੰਜਾਬੀ ਪੈਡਾਗੋਜੀ ਵਿਆਕਰਨ ਦੀਆਂ ਵੀਡੀਓ ਅਪਲੋਡ ਕਰ ਚੁੱਕੇ ਹਾਂ ਜੀ ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਜ ਔਰ ਇਸ ਤੋਂ ਇਲਾਵਾ ਜਿਹੜੀ ਪਲੇਲਿਸਟ ਆ ਵੀਡੀਓ ਦੇ ਅੰਤ ਦੇ ਵਿੱਚ ਵੀ ਸ਼ੋ ਹੋ ਜਾਏਗੀ ਜੀ ਸੋ ਸਟਾਰਟ ਕਰਦੇ ਹਾਂ ਜੀ ਐਸਐਸਟੀ ਦਾ ਆਪਣਾ ਮੌਕ ਟੈਸਟ ਕਰ ਸਕਦੇ ਹਾਂ ਜਾਂ ਰਿਵੀਜ਼ਨ ਟੈਸਟ 17 ਹੈ ਜੀ 16 ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ ਜਿਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਡਿਟੇਲ ਦੇ ਵਿੱਚ ਡਿਸਕਸ ਕੀਤੇ ਹੋਏ ਨੇ ਜੀ ਸੋ ਸਟਾਰਟ ਕਰਦੇ ਹਾਂ ਜੀ 17 ਦਾ ਆਪਣਾ ਫਰਸਟ ਕੁਐਸਚਨ ਹੈ ਜੀ ਮੁਗਲ ਕਾਲ ਵਿੱਚ ਵਪਾਰੀਆਂ ਨੂੰ ਕਿਹੜੀ ਵਸਤੂ ਨਿਰਯਾਤ ਯਾਨੀ ਕਿ ਐਕਸਪੋਰਟ ਕਰਨ ਦੀ ਆਗਿਆ ਨਹੀਂ ਸੀ ਜੀ ਚਾਂਦੀ ਆਪਸ਼ਨ ਬੀ ਹੈ ਜੀ ਨੀਲ ਸੀ ਹੈ ਜੀ ਅਫੀਮ ਡੀ ਹੈ ਜੀ ਗਰਮ ਮਸਾਲੇ ਤਾਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ A ਚਾਂਦੀ ਜਿਹੜੀ ਹੈ ਨਿਰਯਾਤ ਕਰਨ ਦੀ ਐਕਸਪੋਰਟ ਕਰਨ ਦੀ ਆਗਿਆ ਨਹੀਂ ਸੀ ਨੀਲ ਅਫੀਮ ਤੇ ਗਰਮ ਮਸਾਲੇ ਔਰ ਇਸ ਤੋਂ ਇਲਾਵਾ ਸੂਤੀ ਤੇ ਰੇਸ਼ਮੀ ਕੱਪੜੇ 19 ਸ਼ਾਲਾਂ ਚੀਨੀ ਲੂਣ ਗਰਮ ਮਸਾਲੇ ਦਵਾਈਆਂ ਆਦ ਜਿਹੜੇ ਨੇ ਨਿਰਯਾਤ ਕੀਤੇ ਜਾਂਦੇ ਸਨ ਔਰ ਚਾਂਦੀ ਜਿਹੜੀ ਹੈ ਉਹ ਆਯਾਤ ਕੀਤੀ ਜਾਂਦੀ ਸੀ ਜੀ ਇੰਪੋਰਟ ਕੀਤੀ ਜਾਂਦੀ ਸੀ ਬਾਹਰੋਂ ਮੰਗਵਾਈ ਜਾਂਦੀ ਸੀ ਜੀ ਔਰ ਚਾਂਦੀ ਤੋਂ ਇਲਾਵਾ ਜਿਹੜਾ ਹੈ ਵਧੀਆ ਨਸਲ ਦੇ ਘੋੜੇ ਸੋਨਾ ਹੀਰੇ ਜਵਾਹਰ ਅਤੇ ਚੀਨੀ ਤੇ ਸ਼ੀਸ਼ੇ ਦੇ ਬਰਤਨ ਸੈਂਟ ਔਰ ਵਿਲਾਸਤਾ ਦਾ ਜਿਹੜਾ ਸਮਾਨ ਹੈ ਉਹ ਆਯਾਤ ਕੀਤਾ ਜਾਂਦਾ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 2 ਆਪਣਾ ਮੁਗਲ ਕਾਲ ਵਿੱਚ ਭਾਰਤ ਦਾ ਵਿਦੇਸ਼ੀ ਵਪਾਰ ਕਿਹੜੇ ਦੇਸ਼ ਨਾਲ ਨਹੀਂ ਸੀ ਹੁੰਦਾ ਆਪਸ਼ਨ A ਹੈ ਜੀ ਮਿਸਰ ਆਪਸ਼ਨ B ਹੈ ਜੀ ਨੇਪਾਲ ਤੇ ਤਿੱਬਤ ਆਪਸ਼ਨ C ਹੈ ਜੀ ਚੀਨ ਆਪਸ਼ਨ D ਹੈ ਜੀ ਬੰਗਲਾਦੇਸ਼ ਸਹੀ ਆਨਸਰ ਹੈ ਜੀ ਆਪਸ਼ਨ D ਬੰਗਲਾਦੇਸ਼ ਕਿਉਂਕਿ ਬੰਗਲਾਦੇਸ਼ ਦੀ ਜਿਹੜੀ ਹੋਂਦ ਹੈ ਆਪਾਂ ਜਾਣਦੇ ਆ ਕਿ 1947 ਦੇ ਵਿੱਚ ਭਾਰਤ ਆਜ਼ਾਦ ਹੋਣ ਤੋਂ ਬਾਅਦ ਜਿਹੜਾ ਹੈ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਜੀ ਭਾਰਤ ਤੇ ਪਾਕਿਸਤਾਨ ਔਰ ਬੰਗਲਾਦੇਸ਼ ਨੂੰ ਜਿਹੜਾ ਹੈ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ ਔਰ 1971 ਤੋਂ ਬਾਅਦ ਇਹ ਅਲੱਗ ਜਿਹੜਾ ਹੈ ਪਾਕਿਸਤਾਨ ਦੀ ਵੰਡ ਹੋਈ ਸੀ ਜੀ ਔਰ ਪਾਕਿਸਤਾਨ ਤੋਂ ਅਲੱਗ ਹੋ ਕੇ ਜਿਹੜਾ ਇਹ ਦੇਸ਼ 1971 ਦੇ ਵਿੱਚ ਇਸ ਦਾ ਇਸ ਦੇਸ਼ ਦਾ ਜਿਹੜਾ ਜਨਮ ਹੋਇਆ ਸੀ ਇਸ ਕਰਕੇ ਇਹ ਦੇਸ਼ ਉਸ ਸਮੇਂ ਨਹੀਂ ਸੀ ਇਸਦੇ ਨਾਲ ਜਿਹੜਾ ਵਿਦੇਸ਼ੀ ਵਪਾਰ ਨਹੀਂ ਸੀ ਹੁੰਦਾ ਮਿਸਰ ਨੇਪਾਲ 티ਬੱਤ ਤੇ ਚੀਨ ਦੇ ਨਾਲ ਉਹ ਹੁੰਦਾ ਸੀ ਜੀ ਕੁਐਸਚਨ ਨੰਬਰ ਅੱਗੇ 3 ਹੈ ਜੀ ਅਕਬਰ ਦ્વાਰਾ ਸਥਾਪਿਤ ਦੀਨ ਇਲਾਹੀ 1582 ਦੇ ਵਿੱਚ ਜੋ ਅਕਬਰ ਨੇ ਇੱਕ ਧਰਮ ਚਲਾਇਆ ਸੀ ਜੀ ਸਾਰੇ ਧਰਮਾਂ ਦੀਆਂ ਅਲੱਗ-ਅਲੱਗ ਧਰਮਾਂ ਦੀਆਂ ਚੰਗੀਆਂ ਗੱਲਾਂ ਲੈ ਕੇ ਸੋ ਕੁਐਸਚਨ ਇੰਪੋਰਟੈਂਟ ਆ ਸਕਦਾ ਹੈ ਕਿ ਅਕਬਰ ਦੁਆਰਾ ਜਾਂ ਕਿਹੜਾ ਧਰਮ ਚਲਾਇਆ ਗਿਆ ਜਾਂ ਦੀਨ ਇਲਾਹੀ ਕਿਸ ਦੇ ਦੁਆਰਾ ਚਲਾਇਆ ਗਿਆ ਤਾਂ ਅਕਬਰ ਦੇ ਦੁਆਰਾ ਚਲਾਇਆ ਗਿਆ ਧਰਮ ਦੇ ਨਿਯਮਾਂ ਵਿੱਚ ਜਿਹੜੀ ਹੈ ਕਿਹੜੀ ਬੁਰਾਈ ਦਾ ਜ਼ਿਕਰ ਕੀਤਾ ਗਿਆ ਹੈ অপਸ਼ਨ A ਹੈ ਜੀ ਬਾਲ ਵਿਵਾਹ অপਸ਼ਨ B ਹੈ ਜੀ ਸਤੀ ਪ੍ਰਥਾ C ਹੈ ਜੀ ਵੇਸਵਾ ਪੁਨਾ D ਹੈ ਜੀ ਕੰਨਿਆ ਹੱਤ ਤਾਂ ਸਹੀ ਆਨਸਰ ਹੈ ਜੀ অপਸ਼ਨ A ਸੋ ਬਾਲ ਵਿਵਾਹ ਦਾ ਜਿਹੜਾ ਦੀਨ ਇਰਾਹੀ ਦੇ ਵਿੱਚ ਵਰਣਨ ਉਹ ਕੀਤਾ ਗਿਆ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 4 ਦਿੱਲੀ ਦੇ ਨੇੜੇ ਮਹਿਰੋਲੀ ਵਿਖੇ ਕੁਤਬਉਦਿਨ ਐਬਕ ਨੇ ਕਿਸ ਦੀ ਯਾਦ ਵਿੱਚ ਕੁੱਤਬ ਮਨਾਰ ਦਾ ਨਿਰਮਾਣ ਕਰਵਾਇਆ অপਸ਼ਨ A ਹੈ ਜੀ ਖੁਦ ਆਪਣੀ ਯਾਦ ਵਿੱਚ B ਹੈ ਜੀ ਖਵਾਜਾ ਮੁਇਨਦੀਨ ਚਿਸਤੀ ਦੀ ਯਾਦ ਵਿੱਚ ਸੀ ਹੈ ਜੀ ਸੂਫੀ ਫਕੀਰ ਖਵਾਜਾ ਕুতਬੁਦੀਨ ਦੀ ਯਾਦ ਵਿੱਚ ਡੀ ਹੈ ਜੀ ਕੋਈ ਨਹੀਂ ਤਾਂ ਸਹੀ ਆਨਸਰ ਹੈ ਜੀ অপਸ਼ਨ ਸੀ ਸੋ ਕুতਬੁਦੀਨ ਨੇ ਜਿਹੜਾ ਹੈ ਸੂਫੀ ਫਕੀਰ ਖਵਾਜਾ ਕুতਬੁਦੀਨ ਦੀ ਯਾਦ ਦੇ ਵਿੱਚ ਇਸ ਦਾ ਨਿਰਮਾਣ ਕਰਵਾਇਆ ਸੀ ਇਸ ਦੀਆਂ ਜਿਹੜੀਆਂ ਦੋ ਮੰਜ਼ਲਾਂ ਨੇ ਉਹ ਕুতਬੁਦੀਨ ਐਬਕ ਨੇ ਬਣਾਈਆਂ ਸੀ ਔਰ ਉੱਪਰ ਲੀਆਂ ਜਿਹੜੀਆਂ ਤਿੰਨ ਮੰਜ਼ਲਾਂ ਨੇ ਬਾਅਦ ਦੇ ਵਿੱਚ ਇਲਤੂਤਮਿਸ਼ ਨੇ ਇਸ ਨੂੰ ਜਿਹੜਾ ਪੂਰਾ ਕਰਵਾਇਆ ਸੀ ਔਰ ਇਹ ਭਾਰਤ ਦੀ ਦੂਜੀ ਬਨਾਰ ਹੈ ਜੀ ਉੱਚੀ ਸਭ ਤੋਂ ਜੋ ਕਿ 72.50 ਮੀਟਰ ਉੱਚੀ ਹੈ ਜੀ ਯਾਹ ਆਪਾਂ ਕਹਿ ਸਕਦੇ ਹਾਂ ਕਿ 237.80 ਫੁੱਟ ਉੱਚੀ ਹੈ ਜੀ ਪਹਿਲੀ ਜਿਹੜੀ ਇਮਾਰਤ ਹੁਣ ਬਣ ਚੁੱਕੀ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਫਤਿਹ ਬੁਰਜ ਹੈ ਜੀ ਮੁਹਾਲੀ ਦੇ ਵਿੱਚ ਸ਼ਹੀਦ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣਾਇਆ ਗਿਆ ਉਸ ਦੀ ਜਿਹੜੀ ਉਚਾਈ ਹੈ 338 ਫੁੱਟ ਹੈ ਜੀ ਸੋ ਉਹ ਸਭ ਤੋਂ ਉੱਚਾ ਹੈ ਜੀ ਇਸ ਵਕਤ ਔਰ ਕুতਬ ਮੀਨਾਰ ਜਿਹੜਾ ਹੈ ਉਹ ਦੂਸਰੇ ਸਥਾਨ ਤੇ ਜੀ ਅੱਗੇ ਜੀ ਪੰਜ ਨੰਬਰ ਸੰਗੀਤ ਤੇ ਚਿੱਤਰਕਲਾ ਨੂੰ ਨਫ਼ਰਤ ਕਰਨ ਵਾਲਾ ਖੁਦ ਇੱਕ ਵੀਨਾਵਾਦਕ ਸੀ ਜੀ ਇਹਨਾਂ ਦੇ ਵਿੱਚੋਂ ਕਿਹੜਾ ਸ਼ਾਸਕ ਸੀ ਜੀ ਉਹ ਜਹਾਂਗੀਰ ਆਪਸ਼ਨ ਬੀ ਹੈ ਜੀ ਔਰੰਗਜ਼ੇਬ ਸੀ ਹੈ ਜੀ ਸ਼ਾਹਜਹਾਂ ਡੀ ਹੈ ਜੀ ਅਕਬਰ ਸਹੀ ਆਨਸਰ ਹੈ ਜੀ ਆਪਸ਼ਨ ਬੀ ਸੋ ਔਰੰਗਜ਼ੇਬ ਜਿਹੜਾ ਹੈ ਉਹ ਸੰਗੀਤ ਤੇ ਚਿੱਤਰਕਲਾ ਨੂੰ ਨਫ਼ਰਤ ਕਰਦਾ ਸੀ ਜੀ ਔਰ ਔਰੰਗਜ਼ੇਬ ਤੋਂ ਬਿਨਾ ਬਾਕੀ ਜਿਹੜੇ ਮੁਗਲ ਸ਼ਾਸਕ ਸੀ ਜੀ ਬਾਬਰ ਹਮਾਇੂ ਅਕਬਰ ਜਹਾਂਗੀਰ ਸ਼ਾਹਜਹਾਨ ਨੇ ਚਿੱਤਰਕਲਾ ਸੰਗੀਤ ਭਵਨ ਕਲਾ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ ਜੀ ਔਰੰਗਜ਼ੇਬ ਜਿਹੜਾ ਸੰਗੀਤ ਤੇ ਨਾਚ ਨੂੰ ਇਸਲਾਮ ਦੇ ਵਿਰੋਧ ਮੰਨਦਾ ਸੀ ਜੀ ਇਸ ਕਰਕੇ ਉਸ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਸੀ ਨੈਕਸਟ ਹੈ ਜੀ ਕੁਐਸਚਨ ਨੰਬਰ 6 ਬੈਰਮਖਾਨ ਦੀ ਮੌਤ ਤੋਂ ਬਾਅਦ ਅਕਬਰ ਕਿਸ ਤੇ ਪ੍ਰਭਾਵ ਹਿਟ ਰਿਹਾ ਮਹਾਮੰਗਾ ਆਪਸ਼ਨ ਬੀ ਹੈ ਜੀ ਗੁਲਬਦਨ ਬੇਗਮ ਆਪਸ਼ਨ ਸੀ ਹੈ ਜੀ ਮਹਾਨ ਨਗਨੀ ਡੀ ਹੈ ਜੀ ਫਿਰਦौसी ਸਹੀ ਆਨਸਰ ਹੈ ਜੀ ਆਪਸ਼ਨ ਏ ਮਹਾਨ ਅੰਗ ਸੋ ਆਪਾਂ ਜਾਣਦੇ ਆ ਕਿ ਅਕਬਰ 13 ਸਾਲ ਦੀ ਉਮਰ ਦੇ ਵਿੱਚ ਹੀ ਬੇਰਮਖਾਨ ਦੀ ਸਰਪ੍ਰਸਤੀ ਦੇ ਵਿੱਚ ਜਿਹੜਾ ਹੈ ਰਾਜਗਦੀ ਤੇ ਬੈਠਾ ਸੀ ਜੀ 1556 ਈਸਵੀ ਦੇ ਵਿੱਚ ਔਰ 1560 ਈਸਵੀ ਤੱਕ ਉਹ ਬੇਰਮਖਾਨ ਦੀ ਸਰਪ੍ਰਸਤੀ ਦੇ ਹੇਠ ਰਿਹਾ ਔਰ 1560 ਤੋਂ ਲੈ ਕੇ 64 ਤੱਕ ਜਿਹੜਾ ਉਹ ਫਿਰ ਜਿਹੜਾ ਅਕਬਰ ਦਾ ਸ਼ਾਹੀ ਹਰਮ ਸੀ ਜੀ ਉਸ ਦੀਆਂ ਜਿਹੜੀਆਂ ਇਸਤਰੀਆਂ ਨੇ ਉਸ ਤੇ ਪ੍ਰਭਾਵ ਹੇਠ ਆ ਗਿਆ ਸੀ ਔਰ ਇਸੇ ਕਰਕੇ ਇਸ ਕਾਲ ਨੂੰ ਜਿਹੜਾ ਪੇਟੀਕੋਟ ਸਰਕਾਰ ਵੀ ਕਿਹਾ ਜਾਂਦਾ ਹੈ ਔਰ ਮਹਾਮੰਗਾ ਮੁਗਲ ਸਮਰਾਜ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਕੰਮ ਕਰਨ ਵਾਲੀ ਇੱਕੋ ਇੱਕ ਔਰਤ ਸੀ ਜੀ ਜਿਸ ਦੇ ਪ੍ਰਭਾਵ ਹੇਠ ਅਕਬਰ ਜਿਹੜਾ 1560 ਤੋਂ 64 ਤੱਕ ਰਿਹਾ ਨੈਕਸਟ ਹੈ ਜੀ ਕੁਐਸਚਨ ਨੰਬਰ ਅੱਗੇ 7 ਹੈ ਜੀ ਅਕਬਰ ਦੁਆਰਾ ਚਲਾਇਆ ਗਿਆ ਸਿੱਕੇ ਨੂੰ ਕਿਹਾ ਜਾਂਦਾ ਹੈ ਜੀਤਲ ਦਾਮ ਰੁਪਈਆ ਜਾਂ ਦਰਬ ਸਹੀ ਆਨਸਰ ਹੈ ਜੀ অপਸ਼ਨ ਬੀ ਦਾਮ ਕਿਹਾ ਜਾਂਦਾ ਹੈ ਜੀ ਜਿਹੜਾ ਅਕਬਰ ਨੇ ਸਿੱਕਾ ਚਲਾਇਆ ਸੀ ਜੀ ਉਸ ਨੂੰ ਦਾਮ ਕਿਹਾ ਜਾਂਦਾ ਹੈ ਜੀ ਰੁਪਈਆ ਜਿਹੜਾ ਹੈ ਯਾਦ ਰੱਖਣਾ ਇੰਪੋਰਟੈਂਟ ਹੈ ਚਾਂਦੀ ਦੇ ਸਿੱਕੇ ਨੂੰ ਕਿਹਾ ਜਾਂਦਾ ਸੀ ਔਰ ਧਾਮ ਜਿਹੜਾ ਹੈ ਤਾਂਬੇ ਦੇ ਸਿੱਕੇ ਨੂੰ ਕਿਹਾ ਜਾਂਦਾ ਸੀ ਔਰ ਧਾਮ ਦਾ ਜਿਹੜਾ 1/4 ਸੀ ਜੋ ਯਾਨੀ ਕਿ ਪਛਿਮਾ ਹਿੱਸਾ ਸੀ ਉਸ ਨੂੰ ਜੀਤਲ ਕਿਹਾ ਜਾਂਦਾ ਸੀ ਨੈਕਸਟ ਹੈ ਜੀ ਕੁਐਸਚਨ ਨੰਬਰ 8 ਭਾਰਤ ਵਿੱਚ ਜਜ਼ੀਆ ਕਰ ਦੀ ਸ਼ੁਰੂਆਤ ਕੀਤੀ ਬਾਬਰ ਨੇ অপਸ਼ਨ ਬੀ ਹੈ ਜੀ ਅਕਬਰ ਨੇ অপਸ਼ਨ ਸੀ ਹੈ ਜੀ ਮੁਹੰਮਦ ਬਿਨ ਕਾਸਮ অপਸ਼ਨ ਡੀ ਹੈ ਜੀ ਔਰੰਗਜ਼ੇ ਸਹੀ ਆਨਸਰ ਹੈ ਜੀ অপਸ਼ਨ ਸੀ ਮੁਹੰਮਦ ਬਿਨ ਕਾਸਮ ਜਿਸ ਨੇ 712 ਈਸਵੀ ਦੇ ਵਿੱਚ ਜਿਹੜਾ ਭਾਰਤ ਤੇ ਹਮਲਾ ਕੀਤਾ ਸੀ ਜੀ ਪਹਿਲਾ ਮੁਸਲਮ ਸ਼ਾਸਕ ਸੀ ਜੀ ਔਰ ਉਸਨੇ ਜਿਹੜਾ ਹੈ ਗੈਰ ਮੁਸਲਮਾਨਾਂ ਦੇ ਜੀਵਨ ਤੇ ਸੰਪਤੀ ਦੀ ਰੱਖਿਆ ਬਦਲੇ ਇੱਕ ਕਰ ਲਗਾਇਆ ਸੀ ਜੀ ਜਿਸ ਨੂੰ ਜਜ਼ੀਆ ਕਰ ਕਿਹਾ ਜਾਂਦਾ ਸੀ ਔਰ ਜਜ਼ੀਆ ਜਿਹੜਾ ਇੱਕ ਧਾਰਮਿਕ ਕਰ ਸੀ ਜੀ ਔਰ ਇੱਥੇ ਇੰਪੋਰਟੈਂਟ ਕੁਐਸਚਨ ਇੱਕ ਹੋਰ ਵੀ ਹੈ ਬਾਬਰ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਸ਼ੁਰੂ ਕੀਤਾ ਸੀ ਜੀ ਜਿਹੜਾ ਹੈ ਮੁਹੰਮਦ ਬਿੰ ਕਾਸਿਮ ਤੋਂ ਬਾਅਦ ਬਾਬਰ ਨੇ ਜੱਜੀਆ ਸ਼ੁਰੂ ਕੀਤਾ ਸੀ ਅਕਬਰ ਨੇ ਫਿਰ ਬੰਦ ਕਰਤਾ ਸੀ ਔਰ ਉਸ ਤੋਂ ਬਾਅਦ ਔਰੰਗਜ਼ੇਬ ਨੇ ਜਿਹੜਾ ਫਿਰ ਸ਼ੁਰੂ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਫਿਰ ਬਹਾਦਰ ਸ਼ਾ ਪਹਿਲੇ ਨੇ ਇੱਕ ਵਾਰ ਫਿਰ ਇਸ ਨੂੰ ਖਤਮ ਕਰ ਦਿੱਤਾ ਸੀ ਔਰ ਜੱਜੀਆ ਕਰ ਜਿਹੜਾ ਇੱਕ ਚੀਜ਼ ਹੋਰ ਇੰਪੋਰਟੈਂਟ ਹੈ ਕਿ ਕੀ ਜੱਜੀਆ ਕਰ ਜਿਹੜਾ ਹੈ ਬ੍ਰਾਹਮਣ ਸਾਧੂ ਸੰਤਾਂ ਬੱਚੇ ਅਤੇ ਇਸਤਰੀਆਂ ਤੋਂ ਲਿਆ ਜਾਂਦਾ ਸੀ ਤਾਂ ਇਸ ਦਾ ਆਨਸਰ ਆਏਗਾ ਕਿ ਨਹੀਂ ਲਿਆ ਜਾਂਦਾ ਸੀ ਨੈਕਸਟ ਹੈ ਜੀ ਔਰ ਜਿਹੜਾ ਕਰ ਦੇਣ ਵਾਲਾ ਸੀ ਜੱਜੀਆ ਕਰ ਦਿੰਦਾ ਸੀ ਉਸ ਨੂੰ ਜਿਮੀ ਕਿਹਾ ਜਾਂਦਾ ਸੀ ਜੀ ਜਿਮੀ ਇਹ ਵੀ ਪੁੱਛਿਆ ਜਾ ਸਕਦਾ ਜੱਜੀਆ ਕਰਨ ਵਾਲ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਤੇ ਜਿਮੀ ਕਿਹਾ ਜਾਂਦਾ ਸੀ ਜਾਂ ਜਿਮੀ ਕੌਣ ਹੈ ਜੀ ਜੱਜੀਆ ਕਰ ਦੇਣ ਵਾਲਾ ਨੈਕਸਟ ਹੈ ਜੀ ਕੁਐਸਚਨ ਨੰਬਰ 9 ਜ਼ਮੀਨ ਬੋਸ ਸਿਜਦਾ ਪੈ ਬੋਸ ਨਾਮਕ ਪ੍ਰਥਾਵਾਂ ਦਾ ਆਪਣੇ ਦਰਬਾਰ ਵਿੱਚ ਕਿਸ ਨੇ ਸ਼ੁਰੂ ਕੀਤਾ ਜੀ ਬਾਬਰ ਕੁਤਬੁਦੀਨ ਐਬਕ ਬਲਬਨ ਜਾਂ ਆਪਸ਼ਨ ਡੀ ਹੈ ਜੀ ਔਰੰਗਜ਼ੇਬ ਸਹੀ ਅਨਸਰ ਹੈ ਜੀ অপਸ਼ਨ ਸੀ ਬਲਬਨ ਨੇ ਜਿਹੜਾ ਹੈ ਸ਼ੁਰੂ ਕੀਤਾ ਸੀ ਜਿਸ ਨੇ ਲਹੂ ਤੇ ਲੋਹੇ ਦੀ ਨੀਤੀ ਵੀ ਜਿਹੜੀ ਹੈ ਚਲਾਈ ਸੀ ਜੀ ਜ਼ਮੀਨ ਬੋਸ ਹੁੰਦਾ ਸੀ ਜੀ ਧਰਤੀ ਨੂੰ ਚੁੰਮਣਾ ਸਿਜਦਾ ਹੁੰਦਾ ਸੀ ਜੀ ਸੁਲਤਾਨ ਅੱਗੇ ਝੁਕਣਾ ਪਾਬੋ ਹੁੰਦਾ ਸੀ ਸੁਲਤਾਨ ਦੇ ਪੈਰਾਂ ਨੂੰ ਚੁੰਮਣਾ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 10 ਹੈ ਜੀ ਔਰੰਗਜ਼ੇਬ ਦੇ ਸਾਮਰਾਜ ਵਿੱਚ ਕਿਹੜਾ ਵਿਦਰੋਹ ਨਹੀਂ ਹੋਇਆ ਅਮੋਹ ਵਿਦਰੋਹ ਸਤਨਾਮੀ ਤੇ ਅਫਗਾਨ ਵਿਦਰੋਹ ਸਿੱਖ ਤੇ जाट ਵਿਦਰੋਹ ਡੀ ਹੈ ਜੀ ਮਰਾਠਾ ਵਿਦਰੋਹ ਸਹੀ ਆਨਸਰ ਹੈ ਜੀ অপਸ਼ਨ ਡੀ ਮਰਾਠਾ ਵਿਦਰੋਹ ਜਿਹੜਾ ਨਹੀਂ ਸੀ ਹੋਇਆ ਬਾਕੀ ਸਾਰੇ ਵਿਦਰੋਹ ਜਿਹੜੇ ਨੇ ਅਕਬਰ ਦੇ ਸਮੇਂ ਹੋਏ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 11 ਅੰਗਰੇਜ਼ੀ ਸ਼ਾਸਨ ਕਾਲ ਵਿੱਚ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾਉਣ ਦਾ ਸਿਹਰਾ ਕਿਸ ਸਿਰ ਜਾਂਦਾ ਹੈ অপਸ਼ਨ ਏ ਹੈ ਜੀ ਲਾਰਡ ਮੈਕਾਲੇ ਬੀ ਹੈ ਜੀ ਲਾਰਡ ਕਲਾਈਵ ਸੀ ਹੈ ਜੀ ਰਾਜਾ ਰਾਮ ਮੋਹਰాయ ਡੀ ਹੈ ਜੀ ਲਾਰਡ ਕਾਰਨਵਾਲ ਸਹੀ ਆਨਸਰ ਹੈ ਜੀ অপਸ਼ਨ ਏ ਲਾਰਡ ਮਕਾਲੇ ਦੇ ਸਿਰ ਜਿਹੜਾ ਹੈ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾਉਣ ਦਾ ਸਿਹਰਾ ਜਾਂਦਾ ਹੈ ਜੀ ਸੋ ਜਿਹੜਾ ਹੈ 1813 ਦੇ ਵਿੱਚ ਜਿਹੜਾ ਐਕਟ ਹੋਇਆ ਸੀ ਜੀ 1813 ਦੇ ਵਿੱਚ ਜੇ ਆਪਾਂ ਕਹਿ ਸਕਦੇ ਹਾਂ ਕਿ 1813 ਦੇ ਵਿੱਚ ਫਾਰਸੀ ਅਰਬੀ ਸੰਸਕ੍ਰਿਤ ਭਾਸ਼ਾ ਤੇ ਅੰਗਰੇਜ਼ੀ ਇਹਨਾਂ ਭਾਸ਼ਾਵਾਂ ਦੇ ਉੱਤੇ 1 ਲੱਖ ਰੁਪਈਆ ਸਰਕਾਰ ਵੱਲੋਂ ਖਰਚਣ ਦਾ ਜਿਹੜਾ ਨਿਸ਼ਚਾ ਕੀਤਾ ਗਿਆ ਸੀ ਔਰ ਲਾਰਡ ਮਕਾਲੇ ਦੀ ਮਿਹਨਤ ਸਦਕਾ 1800 35 ਦੇ ਵਿੱਚ ਲਾਰਡ ਵਿਲੀਅਮ ਬੈਂਟਿੰਗ ਨੇ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦਾ ਐਲਾਨ ਜਿਹੜਾ ਉਹ ਕੀਤਾ ਸੀ ਜੀ ਕੁਐਸਚਨ ਨੰਬਰ 12 ਹੈ ਜੀ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵੱਧ ਪਛਾਵਾਵਾਂ ਵਿੱਚ ਛਪਣ ਵਾਲਾ ਅਖਬਾਰ ਸੀ ਜੀ ਆਪਸ਼ਨ A ਹੈ ਜੀ ਨਿਊ ਇੰਡੀਆ B ਹੈ ਜੀ ਨਵਜੀਵਨ C ਹੈ ਜੀ ਗਦਰ D ਹੈ ਜੀ ਬੰਦੇ ਮਾਤਰਮ ਸਹੀ ਆਨਸਰ ਹੈ ਜੀ ਆਪਸ਼ਨ C ਗਦਰ ਅਖਬਾਰ ਹੈ ਜੀ ਜਿਹੜਾ ਸਭ ਤੋਂ ਵੱਧ ਪਛਾਵਾਵਾਂ ਦੇ ਵਿੱਚ ਛਪਿਆ ਇਹ ਅਖਬਾਰ ਅੰਗਰੇਜ਼ੀ ਪੰਜਾਬੀ ਹਿੰਦੀ ਮਰਾਠੀ ਗੁਜਰਾਤੀ ਤੇ ਪਸਤੂਆਦ ਭਾਸ਼ਾਵਾਂ ਦੇ ਵਿੱਚ ਸੱਤਤਾ ਸੀ ਜੀ ਔਰ 1913 ਦੇ ਵਿੱਚ ਜਿਹੜਾ ਹੈ ਇਹ ਸਾਨ ਫਰੇਸਿਸਕੋ ਅਮਰੀਕਾ ਦੇ ਵਿੱਚ ਗਦਰ ਪਾਰਟੀ ਦੇ ਜਿਹੜੇ ਸੰਸਥਾਪਕ ਸੀ ਜੀ ਸੂਨ ਸਿੰਘ ਭਕਣਾ ਜੋ ਇਸ ਦੇ ਪ੍ਰਧਾਨ ਸੀ ਤੇ ਲਾਲਾ ਹਰਦਿਆਲ ਜਿਹੜੇ ਸਕੱਤਰ ਸੀ ਉਹ ਇਸ ਅਖਬਾਰ ਦੇ ਸੰਸਥਾਪਕ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 13 ਹੈ ਜੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਦਾ ਕਿਹੜਾ ਨਾਮ ਕਿਹਾ ਗਿਆ ਜੀ ਭਾਰਤ ਤੇ ਇੰਡੀਆ ਆਪਸ਼ਨ ਬੀ ਹੈ ਜੀ ਭਾਰਤ ਤੇ ਭਾਰਤਵਰਸ਼ ਸੀ ਹੈ ਜੀ ਹਿੰਦੁਸਤਾਨ ਤੇ ਭਾਰਤ ਡੀ ਹੈ ਜੀ ਆਰਿਆਵਰਤ ਤੇ ਹਿੰਦੁਸਤਾਨ ਤਾਂ ਸਹੀ ਆਨਸਰ ਹੈ ਜੀ অপਸ਼ਨ A ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਭਾਰਤ ਨੂੰ ਦੋ ਨਾਮ ਮਾਨਤਾ ਪ੍ਰਾਪਤ ਨੇ ਜੀ ਸੰਵਿਧਾਨ ਦੁਆਰਾ ਭਾਰਤ ਤੇ ਇੰਡੀਆ ਜੀ ਬਾਕੀ ਵੱਖ-ਵੱਖ ਸਮੇਂ ਤੇ ਇਸ ਦੇ ਵੱਖ-ਵੱਖ ਨਾਮ ਰਹੇ ਨੇ ਜੀ Vedic ਕਾਲ ਦੇ ਵਿੱਚ ਇਸ ਨੂੰ ਆਰੀਆ ਵਰਤ ਮਹਾਪਾਰਤ ਤੇ ਪੁਰਾਣਾ ਵਿੱਚ ਭਾਰਤਵਰਸ਼ ਇਰਾਨੀਆਂ ਨੇ ਇਸ ਨੂੰ Hindu ਕਿਹਾ ਯੂਨਾਨੀਆਂ ਨੇ ਇੰਡਸ ਬਾਈਬਲ ਵਿੱਚ ਭਾਰਤ ਨੂੰ ਹੋਡੂ ਚੀਨੀਆਂ ਨੇ ਤਾਇਨ ਚੂ ਤੇ ਹਿਉਨ ਸੰਗ ਚੀਨੀ ਯਾਤਰੀ ਨੇ ਭਾਰਤ ਨੂੰ ਇੰਦੂ ਕਿਹਾ ਸੀ ਜੀ ਕੁਐਸਚਨ ਨੰਬਰ ਅੱਗੇ ਹੈ ਜੀ 14 42ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਕਿਹੜੇ ਸ਼ਬਦ ਨਹੀਂ ਜੋੜਿਆ ਗਿਆ ਜੀ ਗੁੱਟ ਨਿਰਪੱਖਤਾ ਸਮਾਜਵਾਦੀ ਧਰਮ ਨਿਰਪੱਖ ਏਕਤਾ ਤੇ ਅਖੰਡਤਾ ਤਾਂ ਸਹੀ ਆਨਸਰ ਹੈ ਜੀ অপਸ਼ਨ ਏ ਜੀ ਗੁੱਟ ਨਿਰਪੱਖਤਾ ਜਿਹੜਾ ਸ਼ਬਦ ਹੈ ਇਹ ਨਹੀਂ ਜੋੜਿਆ ਗਿਆ ਜੀ 42ਵੀਂ ਸੋਧ ਜਿਹੜੀ ਹੋਈ ਸੀ ਜੀ 1976 ਈਸਵੀ ਦੇ ਵਿੱਚ ਜੀ ਉਸ ਦੇ ਵਿੱਚ ਜਿਹੜਾ ਪ੍ਰਸਤਾਵਨਾ ਦੇ ਵਿੱਚ ਇੱਕੋ ਇੱਕ ਹੁਣ ਤੱਕ ਸੋਧ ਹੋਈ ਹੈ ਜਿਹੜੇ ਸ਼ਬਦ ਜੋੜੇ ਗਏ ਕੀ ਉਹ ਜੋੜੇ ਗਏ ਸੀ ਜੀ ਸਮਾਜਵਾਦੀ ਧਰਮ ਨਿਰਪੱਖ ਏਕਤਾ ਤੇ ਅਖੰਡਤਾ ਕਵੈਸਚਨ ਨੰਬਰ ਅੱਗੇ 15 ਹੈ ਜੀ ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ ਡਾਕਟਰ ਬੀ ਐਨ ਰਾਓ ਡਾਕਟਰ ਰਜਿੰਦਰ ਪ੍ਰਸਾਦ ਸੀ ਹੈ ਜੀ ਮਹਾਤਮਾ ਗਾਂਧੀ ਡੀ ਹੈ ਜੀ ਜੈ ਜੇ ਐਲ ਨਹਿਰੂ ਜੁਵਾਲ ਰਾਨਲ ਤਾਂ ਸਹੀ ਆਨਸਰ ਹੈ ਜੀ ਇਸ ਦਾ ਆਪਸ਼ਨ ਏ ਜੀ ਬੀ ਐਨ ਰਾਓ ਜਿਹੜੇ ਨੇ ਉਹ ਸੰਵਿਧਾਨ ਸਭਾ ਦੇ ਸੰਵਿਧਾਨਕ ਸਲਾਹਕਾਰ ਸੀ ਜੀ ਨੈਕਸਟ ਹੈ ਜੀ ਕਵੈਸਚਨ ਨੰਬਰ ਆਪਣਾ 16 ਹੈ ਜੀ ਇਸ ਗ੍ਰੰਥ ਦੀ ਰਚਨਾ ਤੁਰਕੀ ਭਾਸ਼ਾ ਵਿੱਚ ਕੀਤੀ ਗਈ 16ਵੀਂ ਸਦੀ ਤੇ ਏਸ਼ੀਆ ਬਾਰੇ ਜਾਣਕਾਰੀ ਮਿਲਦੀ ਹੈ ਤੇ ਬਾਅਦ ਵਿੱਚ ਇਸ ਦਾ ਫਾਰਸੀ ਵਿੱਚ ਅਨੁਵਾਦ ਕੀਤਾ ਗਿਆ ਕਿਹੜਾ ਗ੍ਰੰਥ ਸੀ ਜੀ ਇਹ ਰਜਨਾਮਾ ਆਇਨੇ ਅਕਬਰੀ ਹਮਾਜੂਨਾਮਾ ਜਾਂ ਤੁਜਕੇ ਬਾਬਰੀ ਤਾਂ ਸਹੀ ਆਨਸਰ ਹੈ ਜੀ অপਸ਼ਨ ਡੀ ਸੋ ਤੁਜਕੇ ਬਾਬਰੀ ਜੇਕਰ ਪੁੱਛਿਆ ਜਾਂਦਾ ਕਿਸ ਭਾਸ਼ਾ ਦਾ ਗ੍ਰੰਥ ਹੈ ਤਾਂ ਤੁਰਕੀ ਦੇ ਵਿੱਚ ਲਿਖਿਆ ਗਿਆ ਹੈ ਜੀ ਔਰ ਇਸ ਦੇ ਵਿੱਚ ਏਸ਼ੀਆ ਦੇ ਬਾਰੇ ਜਿਹੜੀ 16ਵੀਂ ਸਦੀ ਤੇ ਏਸ਼ੀਆ ਦੇ ਬਾਰੇ ਜਾਣਕਾਰੀ ਮਿਲਦੀ ਹੈ ਔਰ ਇਸ ਤਾ ਜਿਹੜਾ ਫਾਰਸੀ ਭਾਸ਼ਾ ਦੇ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ ਬਾਬਰ ਦੀ ਜੀਵਨੀ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 17 ਸੂਰਦਾਸ ਤੇ ਤੁਲਸੀदास ਕਿਹੜੇ ਮੁਗਲ ਸ਼ਾਸਕ ਦੇ ਸਮਕਾਲੀ ਸੀ ਜੀ ਔਰੰਗਜ਼ੇਬ ਬਹਾਦਰ ਸ਼ਾ ਜਫਰ ਅਕਬਰ ਜਾਂ ਸ਼ਾਹਜਾਹ ਤਾਂ ਸਹੀ ਆਨਸਰ ਹੈ ਜੀ অপਸ਼ਨ ਸੀ ਹੈ ਜੀ ਅਕਬਰ ਸੋ ਅਕਬਰ ਦੇ ਸਮਕਾਲੀ ਸੀ ਜੀ ਇਹ ਔਰ 15ਵੀਂ ਸਦੀ 'ਚ ਸੂਰਦਾਸ ਦਾ ਜਿਹੜਾ ਜਨਮ 1478 ਈਸਵੀ 'ਚ ਹਰਿਆਣਾ 'ਚ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਰਚਨਾ ਉਹ ਸੈਤ ਤੇ ਲਹਿਰੀ ਸੁਰ ਸਾਗਰ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਵਿੱਚ ਨੇ ਜੀ ਔਰ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 18 ਜੀ ਜਲਦ ਅਮਰੂ ਤੋਂ ਕੀ ਭਾਵ ਹੈ ਦੋ ਸਾਗਰਾਂ మహాਸਾਗਰਾਂ ਵਿਚਕਾਰ ਸਥਲ ਪੱਟੀ ਬੀ ਹੈ ਜੀ ਧਰਤੀ ਅੰਦਰਲੀ ਪਰਤ ਸੀ ਹੈ ਜੀ ਜਵਾਲਾਮੁਖੀ ਫਟਣ ਦੇ ਕੱਚੇ ਪਦਾਰਥ ਡੀ ਹੈ ਜੀ ਨਦੀ ਦੇ ਵਿਚਕਾਰ ਸਥਲ ਪੱਤ ਤਾਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਏ ਜੀ ਦੋ ਸਾਗਰਾਂ ਜਾਂ మహాਸਾਗਰਾਂ ਵਿਚਕਾਰ ਜਿਹੜੀ ਸਥਲ ਪੱਟੀ ਹੈ ਉਸ ਨੂੰ ਜਲਦ ਅਮਰੂ ਕਿਹਾ ਜਾਂਦਾ ਹੈ ਪਾਕ ਜਲ ਡੰਬਰੂ ਜਿਹੜਾ ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਸਥਿਤ ਹੈ ਜੀ ਸੋ ਕਈ ਵਾਰੀ ਆਪਾਂ ਨਾਮ ਚ ਕਨਫਿਊਜ਼ ਹੋ ਜਾਂਦੇ ਨੇ ਕਿ ਪਾਕ ਜਲ ਡੰਬਰੂ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਹੈ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਹੈ ਔਰ ਇਹ ਮਨਾਰ ਦੀ ਜਿਹੜੀ ਖਾੜੀ ਤੇ ਬੰਗਾਲ ਦੀ ਖਾੜੀ ਨੂੰ ਆਪਸ ਵਿੱਚ ਜੋੜਦਾ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 19 ਹੈ ਜੀ ਭੂਮਤ ਰੇਖਾ ਤੇ ਨੇੜਲੇ ਖੇਤਰਾਂ ਵਿੱਚ ਕਿਹੜੀ ਵਰਖਾ ਹੁੰਦੀ ਹੈ ਜੀ ਚੱਕਰਵਰਤੀ ਵਰਖਾ ਪर्वतीय ਵਰਖਾ ਸਮਹੀਨ ਵਰਖਾ ਜਾਂ ਆਪਸ਼ਨ ਡੀ ਹੈ ਜੀ वर्षा नहीं होती तो इसका सही आंसर है जी ऑप्शन सी समहीन वर्षा जी सो भूमध्य रेखा ਤੇ ਆਪਾਂ ਨੂੰ ਪਤਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਸੂਰਜ ਦੀਆਂ ਕਿਰਨਾਂ ਲਗਪਕ ਜਿਹੜੀਆਂ ਸਿੱਧੀਆਂ ਪੈਂਦੀਆਂ ਨੇ ਜੀ ਤਿੱਖੀ ਗਰਮੀ ਪੈਣ ਨਾਲ ਵਾਯੂ ਦਾ ਘਟ ਜਾਂਦਾ ਕਿਉਂਕਿ ਪੌਣਾ ਗਰਮ ਹੋ ਕੇ ਉੱਪਰ ਨੂੰ ਉੱਠਣ ਲੱਗ ਜਾਂਦੀਆਂ ਨੇ ਜੀ ਔਰ ਉੱਪਰ ਜਾ ਕੇ ਪੌਣਾ ਠੰਡੀਆਂ ਹੋ ਜਾਂਦੀਆਂ ਨੇ ਪੌਣਾ ਤੇ ਜਲ ਕਾਣ ਵਰਖਾ ਦਾ ਰੂਪ ਧਾਰਨ ਕਰਕੇ ਧਰਤੀ ਤੇ ਡਿੱਗਣ ਲੱਗ ਪੈਂਦੇ ਨੇ ਔਰ ਇਸ ਨੂੰ ਜਿਹੜਾ ਸਮਹੀਨ ਵਰਖਾ ਕਿਹਾ ਜਾਂਦਾ ਜੀ ਔਰ ਇਹ ਜਿਹੜੀ ਵਰਖਾ ਆਮ ਤੌਰ ਤੇ ਭੂਮੰਦ ਰੇਖਾ ਦੇ ਖੇਤਰ ਤੇ ਹੁੰਦੀ ਹੈ ਔਰ ਇਹ ਵਰਖਾ ਬੜੇ ਜ਼ੋਰ ਨਾਲ ਤੇ ਗਰਜ ਨਾਲ ਹੁੰਦੀ ਹੈ ਜੀ ਕੁਐਸਚਨ ਨੰਬਰ ਅੱਗੇ ਜੀ ਅੱਗੇ 20 ਭਾਰਤ ਵਿੱਚ ਅਰਬ ਸਾਗਰ ਦੇ ਤੱਟ ਤੇ ਕਿਹੜੀ ਬੰਦਰਗਾਹ ਨਹੀਂ ਹੈ ਜੀ ਆਪਸ਼ਨ A ਹੈ ਜੀ ਨਵਾਂ ਮੰਗਲੌਰ B ਹੈ ਜੀ ਕਾਂਡਲਾ C ਹੈ ਜੀ ਮਗਰ ਮਰਗਾਮ D ਹੈ ਜੀ ਤੂਤੀਕਰਨ ਦੱਸਦਾ ਸਹੀ ਆਨਸਰ ਹੈ ਜੀ ਆਪਸ਼ਨ D ਤੂਤੀਕਰਨ ਜਿਹੜੀ ਆ ਉਹ ਅਰਬ ਸਾਗਰ ਦੇ ਤੱਟ ਤੇ ਨਹੀਂ ਹੈ ਜੀ ਬੰਦਰਗਾਹ ਇਹ ਜਿਹੜੀ ਬੰਦਰਗਾਹ ਉਹ ਬੰਗਾਲ ਦੀ ਖਾੜੀ ਤੇ ਸਥਿਤ ਹੈ ਜੀ ਨੈਕਸਟ ਹੈ ਜੀ ਬਾਕੀ ਦੀਆਂ ਜਿਹੜੀਆਂ ਨੇ ਉਹ ਅਰਬ ਸਾਗਰ ਦੇ ਕੰਢੇ ਤੇ ਨੇ ਜੀ ਨਵਾਂ ਮੰਗਲੂਰ ਕਾਂਡਲਾ ਤੇ ਮਰਗਾਮ ਕੁਐਸਚਨ ਨੰਬਰ 21 ਹੈ ਜੀ ਭਾਰਤ ਦੀ ਸਭ ਤੋਂ ਪ੍ਰਚੀਨ ਤੇ ਸਭ ਤੋਂ ਵੱਡੀ ਬੰਦਰਗਾਹ ਸੀ ਜੀ অপਸ਼ਨ A ਹੈ ਜੀ ਐਨੋਰ ਤੇ ਕਲਿਆਨ B ਹੈ ਜੀ ਕਲਿਆਨ ਐਨੋਰ C ਹੈ ਜੀ ਸੁਪਾਰਾ ਕਲਿਆਨ D ਹੈ ਜੀ ਕਲਿਆਨ ਤੇ ਸੁਪਾਰਾ ਤਾਂ ਸਹੀ ਆਨਸਰ ਹੈ ਜੀ অপਸ਼ਨ C ਸੁਪਾਰਾ ਜਿਹੜੀ ਹੈ ਭਾਰਤ ਦੀ ਸਭ ਤੋਂ ਪ੍ਰਚੀਨ ਤੇ ਕਲਿਆਣ ਜਿਹੜੀ ਹੈ ਉਹ ਭਾਰਤ ਦੀ ਸਭ ਤੋਂ ਵੱਡੀ ਬੰਦਰਗਾਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਬਾਈ ਹੈ ਜੀ ਕਿਹੜੀ ਨਦੀ ਕਿਸੇ ਵੀ ਸਮੁੰਦਰ ਵਿੱਚ ਨਹੀਂ ਡਿੱਗਦੀ ਜੀ ਗੋਦਾਵਰੀ ਤਾਪਤੀ ਯਮਨਾ ਜਾਂ ਕਵੇਰੀ ਤਾਂ ਸਹੀ ਆਨਸਰ ਹੈ ਜੀ অপਸ਼ਨ ਸੀ ਜੀ ਯਮਨਾ ਨਦੀ ਜਿਹੜੀ ਹੈ ਕਿਸੇ ਵੀ ਸਮੁੰਦਰ ਦੇ ਵਿੱਚ ਨਹੀਂ ਡਿੱਗਦੀ ਕਿਉਂਕਿ ਸਹਾਇਕ ਨਦੀਆਂ ਹੋਰ ਨਦੀਆਂ ਦੇ ਵਿੱਚ ਮਿਲ ਜਾਂਦੀਆਂ ਨੇ ਸੋ ਯਮਨਾ ਜਿਹੜੀ ਹੈ ਭਾਰਤ ਦੀ ਸਭ ਤੋਂ ਲੰਬੀ ਸਹਾਇਕ ਨਦੀ ਹੈ ਔਰ ਇਹ ਗੰਗਾ ਦੀ ਸਹਾਇਕ ਨਦੀ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 23 ਹੈ ਜੀ ਕੇਂਦਰ ਅਤੇ ਰਾਜਾਂ ਵਿਚਕਾਰ ਵਿੱਤ ਦਾ ਵਟਵਾਰਾ ਕਿਸ ਰਿਪੋਰਟ ਨਾਲ ਕੀਤਾ ਜਾਂਦਾ ਜੀ ਰਾਸ਼ਟਰਪਤੀ ਵਿੱਤ ਮੰਤਰਾਲੇ ਵਿੱਤ ayog ਜਾਂ ਡੀ ਹੈ ਜੀ ਭਾਰਤੀ ਰਿਜ਼ਰਵ ਬੈਂਕ ਤਦ ਦਾ ਸਹੀ ਆਨਸਰ ਹੈ ਜੀ অপਸ਼ਨ ਸੀ ਹੈ ਜੀ ਵਿੱਤ ayog ਦੀ ਜਿਹੜੀ ਹੈ ਸਿਫਾਰਿਸ਼ ਦੇ ਨਾਲ ਵਟਵਾਰਾ ਕੀਤਾ ਜਾਂਦਾ ਹੈ ਕੇਂਦਰ ਤੇ ਰਾਜਾਂ ਦੇ ਵਿਚਕਾਰ ਵਿੱਤ ਦਾ ਔਰ ਵਿੱਤ ਅਯੋਗ ਦੇ ਅਧਿਐਕਸ਼ ਅਤੇ ਇਸ ਦੇ ਬਾਕੀ ਜਿਹੜੇ 4 ਹੋਰ ਮੈਂਬਰ ਨੇ ਉਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਕੁਐਸਚਨ ਨੰਬਰ 24 ਜੀ ਮੁਹੰਮਦ ਬਿਨ ਤੁਗਲਕ ਨੇ ਦਿੱਲੀ ਤੋਂ ਦੇਵਗਰੀ ਸੋ ਦਿੱਲੀ ਤੋਂ ਦੇਵਗਰੀ ਰਾਜਧਾਨੀ ਆਪਣੀ ਰਾਜਧਾਨੀ ਬਣਾਈ ਸੀ ਜੀ 1327 ਦੇ ਵਿੱਚ نو ਭਾਰਤ ਦੀ ਰਾਜਧਾਨੀ ਬਣਾਉਣ ਤੋਂ ਇਸ ਦਾ ਨਾਮ ਰੱਖਿਆ ਜੀ ਦੌਲਤਾਬਾਦ ਪ੍ਰਿਆਗ ਲਖਨauti ਜਾਂ ਕਪਿਲ ਤਾਂ ਸਹੀ ਆਨਸਰ ਹੈ ਜੀ অপਸ਼ਨ A ਦੌਲਤਾਬਾਦ ਨਾਮ ਰੱਖਿਆ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 25 ਹੈ ਜੀ ਤੈਮੂਰ ਦੇ ਹਮਲੇ ਸਮੇਂ ਦਿੱਲੀ ਸਲਤਨਤ ਦੇ ਕਿਹੜੇ ਵੰਸ਼ ਦਾ ਰਾਜ ਸੀ ਗੁਲਾਮ ਵੰਸ਼ ਖਿਲਜੀ ਵੰਸ਼ ਇਹ ਆਪਸ਼ਨ ਸੀ ਹੈ ਜੀ ਲੋਧੀ ਵੰਸ਼ ਆਪਸ਼ਨ ਡੀ ਹੈ ਜੀ ਤੁਗਲਕ ਵੰਸ਼ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ ਤੁਗਲਕ ਵੰਸ਼ ਦਾ ਰਾਜ ਸੀ ਜੀ ਤੈਮੂਰ ਨੇ ਜਿਹੜਾ 1398 ਈਸਵੀ ਵਿੱਚ ਭਾਰਤ ਤੇ ਹਮਲਾ ਕੀਤਾ ਸੀ ਜੀ ਇੰਪੋਰਟੈਂਟ ਕੁਐਸਚਨ ਹੈ ਆ ਚੁੱਕਾ ਐਗਜ਼ਾਮ ਚ ਕਈ ਵਾਰੀ ਕਿ ਤੈਮੂਰ ਨੇ ਭਾਰਤ ਤੇ ਹਮਲਾ ਕਦੋਂ ਕੀਤਾ ਸੀ ਤਾਂ ਮੱਧ ਏਸ਼ੀਆ ਤੋਂ ਤੈਮੂਰ ਨੇ 1398 ਈਸਵੀ ਵਿੱਚ ਹਮਲਾ ਕੀਤਾ ਸੀ ਔਰ ਉਸ ਸਮੇਂ ਤੁਗਲਕ ਸ਼ਾਸਕ ਨਸੀਰਉਦੀਨ ਮਹਿਮੂਦ ਦਾ ਜਿਹੜਾ ਰਾਜ ਸੀ ਨੈਕਸਟ ਹੈ ਜੀ ਕੁਐਸਚਨ ਨੰਬਰ 26 ਕਿਹੜੇ ਮੁਗਲ ਬਾਦਸ਼ਾਹ ਦੀ ਦੱਖਣ ਨੀਤੀ ਸਫਲ ਰਹੀ ਜੀ ਸ਼ਾਹਜਹਾਂ ਅਕਬਰ ਔਰੰਗਜ਼ੇਬ ਜਾਂ ਜਹਾਂਗੀਰ ਸਹੀ ਆਨਸਰ ਹੈ ਜੀ ਆਪਸ਼ਨ ਸੀ ਔਰੰਗਜ਼ੇਬ ਔਰੰਗਜ਼ੇਬ ਦੀ ਜਿਹੜੀ ਦੱਖਣ ਨੀਤੀ ਹੈ ਉਹ ਲਗਭਗ ਜਿਹੜੀ ਅਸਫਲ ਹੀ ਕਹਾਂਗੇ ਕਿਉਂਕਿ ਸ਼ਾਹਜਹਾਂ ਦੇ ਕਾਰਜਕਾਲ 'ਚ ਰਾਜਕੁਮਾਰ ਔਰੰਗਜ਼ੇਬ ਨੂੰ ਦੱਖਣ ਭਾਰਤ ਦਾ ਵਾਇਸਰੇਅ ਨਿਯੁਕਤ ਕੀਤਾ ਗਿਆ ਸੀ ਔਰੰਗਜ਼ੇਬ ਬੀਜਾਪੁਰ ਤੇ ਗੋਲਕੰਦਾ ਰਾਜਾਂ ਨੂੰ ਮੁਗਲ ਸਾਮਰਾਜ 'ਚ ਸ਼ਾਮਲ ਕਰਨ ਦੇ ਵਿੱਚ ਜਿਹੜਾ ਆ ਕਾਫੀ ਉਸਨੂੰ ਮੁਸ਼ਕਲਤ ਕਰਨੀ ਪਈ ਸੀ ਔਰ ਔਰੰਗਜ਼ੇਬ ਨੇ ਆਪਣੇ ਜੀਵਨ ਦੇ 25 ਸਾਲ ਦੱਖਣ ਭਾਰਤ ਨੂੰ ਜਿੱਤਣ ਦੇ ਵਿੱਚ ਲਗਾ ਦਿੱਤੇ ਔਰ ਅਖੀਰ ਦੇ ਵਿੱਚ ਜਿਹੜਾ ਹੈ 1686 ਦੇ ਵਿੱਚ ਜਿਹੜਾ ਹੈ ਬੀਜਾਪੁਰ ਤੇ 1687 'ਚ ਉਸਨੇ ਗੋਲਕੁੰਡਾ ਤੇ ਅਧਿਕਾਰ ਕਰ ਲਿਆ ਸੀ ਬਟ ਇਤਿਹਾਸਕਾਰਾਂ ਦੇ ਅਨੁਸਾਰ ਜਿਵੇਂ ਜਾਦੂਨੂ ਸਰਕਾਰ ਜੀ ਕਹਿੰਦੇ ਨੇ ਕਿ ਸਪੇਨ ਦੇ ਫੌੜੇ ਨੇ ਨੈਪੋਲੀਅਨ ਦਾ ਨਾਸ਼ ਕੀਤਾ ਉਸੇ ਤਰ੍ਹਾਂ ਦੱਖਣ ਦੇ ਫੌੜੇ ਨੇ ਔਰੰਗਜ਼ੇਬ ਦਾ ਨਾਸ਼ ਕੀਤਾ ਸੋ ਬਹੁਤ ਹੀ ਨੁਕਸਾਨ ਹੋਇਆ ਸੀ ਜੀ ਇਸ ਦੇ ਵਿੱਚ ਔਰੰਗਜ਼ੇਬ ਦਾ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 27 ਪਾਣੀਪਤ ਦੀ ਪਹਿਲੀ ਲੜਾਈ ਦੀ ਯੋਜਨਾਬੰਦੀ ਬਾਬਰ ਨੇ ਹੋਰ ਕਿਹੜੇ ਯੁੱਧ ਵਿੱਚ ਪ੍ਰਯੋਗ ਵਿੱਚ ਲਿਆਂਦੀ ਚੰਦੇਰੀ ਦਾ ਯੁੱਧ ਘਾਗਰਾ ਦਾ ਯੁੱਧ ਖਨਵਾ ਦਾ ਯੁੱਧ ਜਾਂ ਆਪਸ਼ਨ ਡੀ ਹੈ ਜੀ ਕੋਈ ਨਹੀਂ ਤਾਂ ਸਹੀ ਆਨਸਰ ਹੈ ਜੀ ਆਪਸ਼ਨ ਸੀ ਖਨਵਾ ਦੇ ਯੁੱਧ ਦੇ ਵਿੱਚ ਜਿਹੜੀ ਹੈ ਇਹ ਹੋਇਆ ਸੀ ਜੀ 1527 ਦੇ ਵਿੱਚ ਇਸ ਨੂੰ ਖਨਵਾ ਦਾ ਯੁੱਧ ਵੀ ਕਿਹਾ ਜਾਂਦਾ ਇਸ ਦੇ ਵਿੱਚ ਤੋਪਾਂ ਖਾਈਆਂ ਮੋਰਚੇ ਤੁਗਲਮਾ ਪਾਰਟੀਆਂ ਜਿਸ ਤਰ੍ਹਾਂ ਪਾਣੀਪਤ ਦੇ ਪਹਿਲੇ ਯੁੱਧ ਦੇ ਵਿੱਚ ਬਾਬਰ ਨੇ ਜਿਹੜੀਆਂ ਵਰਤੀਆਂ ਸੀ ਜੀ ਉਸ ਦੀ ਬਦੌਲਤ ਉਸ ਨੇ ਆਪਣੇ ਕਟੜ ਜਿਹੜਾ ਹੈ ਦੁਸ਼ਮਣ ਮੈਵਾਰ ਦੇ ਸ਼ਾਸਕ ਰਾਣਾ ਸੰਗਰਾਮ ਨੂੰ ਹਰਾਇਆ ਸੀ ਜੀ ਔਰ ਬਾਬਰ ਨੇ ਇਸ ਜਿੱਤ ਤੋਂ ਬਾਅਦ ਗਾਜੀ ਇਹ ਆਪਾਂ ਕਹਿੰਦੇ ਜਿਹਹਾਦ ਜਿਹਨੂੰ ਕਹਿੰਦੇ ਧਰਮ ਯੁੱਧ ਵਿੱਚ ਵਿਸ਼ਵਾਸ ਰੱਖਣ ਵਾਲਾ ਉਸ ਦੀ ਆਪਾਦੀ ਜਿਹੜੀ ਧਾਰਨਾ ਉਹ ਕੀਤੀ ਸੀ। ਕੁਐਸਚਨ ਨੰਬਰ ਹੈ ਜੀ ਅੱਗੇ 28 ਜੀ ਲਖਨਊ ਸਮਝੌਤਾ ਹੋਇਆ 1923 1910 1919 ਜਾਂ ਆਪਸ਼ਨ ਡੀ ਹੈ ਜੀ 1916 ਦੇ ਵਿੱਚ। ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ 1916 ਦੇ ਵਿੱਚ ਲਖਨਊ ਪੈਕਟ ਜਿਸ ਨੂੰ ਕਿਹਾ ਜਾਂਦਾ ਜੀ ਇਹ ਹੋਇਆ ਸੀ ਆ ਲਖਨਊ ਦੇ ਵਿਕੇ ਕਾਂਗਰਸ ਤੇ ਮੁਸਲਿਮ ਲੀਗ ਦੇ ਵਿਚਕਾਰ। ਜਿਸ ਦੇ ਵਿੱਚ ਜਿਹੜਾ ਮੁਸਲਿਮ ਲੀਗ ਦੀ ਅਲੱਗ ਨਿਰਵਾਚਨ ਮੰਡਲ ਦੀ ਜਿਹੜੀ ਮੰਗ ਸੀ ਉਹਨਾਂ ਦੀ ਉਸ ਨੂੰ ਮੰਗ ਲਿਆ ਗਿਆ ਗਿਆ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 29 ਜੀ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਪਹਿਲੀ ਵਾਰ ਕਿਸ ਨੇ ਕੀਤੀ ਡਾਕਟਰ ਬੀ ਆਰ ਅੰਬੇਦਕਰ ਮਹਾਤਮਾ ਗਾਂਧੀ ਜੀ ਐਲ ਨਹਿਰੂ ਜਾਂ ਬਾਲ ਗੰਗਾਧਰ ਤਿਲਕ ਤਾਂ ਸਹੀ ਅਨਸਰ ਹੈ ਜੀ ਆਪਸ਼ਨ ਡੀ ਬਾਲ ਗੰਗਾਧਰ ਤਿਲਕ ਨੇ ਸਭ ਤੋਂ ਪਹਿਲਾਂ ਜਿਹੜੀ ਸੰਵਿਧਾਨ ਸਭਾ ਦੀ ਮੰਗ ਕੀਤੀ ਸੀ ਔਰ ਮਹਾਤਮਾ ਗਾਂਧੀ ਨੇ 1922 ਦੇ ਵਿੱਚ ਸਭ ਤੋਂ ਪਹਿਲਾਂ ਸੰਵਿਧਾਨ ਦੀ ਮੰਗ ਕੀਤੀ ਸੀ ਕੁਐਸਚਨ ਨੰਬਰ 30 ਹੈ ਜੀ ਮੂਡਲੀ ਸੰਵਿਧਾਨ ਸਭਾ ਵਿੱਚ ਦੇਸੀ ਰਿਆਸਤਾਂ ਦੇ ਕਿੰਨੇ ਮੈਂਬਰ ਸਨ ਜੀ 185 65 ਜਾਂ 93 ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ অপਸ਼ਨ ਡੀ ਹੈ ਜੀ 93 ਮੈਂਬਰ ਸੀ ਜੀ ਦੇਸੀ ਰਿਆਸਤਾਂ ਦੇ ਜੀ ਔਰ ਟੋਟਲ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਸੀ ਜੀ 389 399 ਟੋਟਲ ਮੈਂਬਰ ਸੀ ਸੋ ECG ਅੱਜ ਦੇ ਆਪਣੇ ਇੰਪੋਰਟੈਂਟ 30 ਕੁਐਸਚਨ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਜੀ ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦ ਵੀਡੀਓ